ਅਸਲਾਮ ਅਲੈਕਮ ਪ੍ਰੋਗਰਾਮ ਰਿਆਲੀ ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ ਚ ਹਾਜ਼ਰ ਹੈ ਨਾਜ਼ਰੀਨ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਦੀ ਵੱਧ ਰਹੀ ਹੈ ਉਹਦੇ ਨਾਲ ਨਾਲ ਖੁਰਾਕ ਦੀ ਜ਼ਰੂਰਤਾਂ ਵੀ ਵੱਧ ਰਹੀਆਂ ਅਸੀਂ ਆਪਣੀ ਖੁਰਾਕ ਦੀ ਬੇਸ਼ਤਾ ਜ਼ਰੂਰਤਾਂ ਜਿਹੜੀਆਂ ਉਹ ਜ਼ਰਾਤ ਤੇ ਲਾਈਫ ਸਟਾਕ ਤੋਂ ਹਾਸਲ ਕਰ ਰਹੇ ਹਾਂ ਮੌਜੂਦਾ ਹਕੂਮਤ ਪਾਕ ਫੌਜ ਦੇ ਨਾਲ ਮਿਲ ਕੇ ਇਹ ਦੋਨੋਂ ਸ਼ੋਬਿਆਂ ਦੀ ਤਰਵੀਜ ਤਰੱਕੀ ਲਈ ਕਾਬਿਲ ਅਮਲ ਹੈ ਔਰ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਮਸੂਬਿਆਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਸਿਲਸਿਲੇ ਵਿੱਚ ਅੱਜ ਅਸੀਂ ਬਾਦਨਗਰ ਫਾਰਮ ਉਕਾੜਾ ਆਏ ਆਂ ਔਰ ਇੱਥੇ ਸੇ ਦੇਖਨੇ ਆ ਕਿ ਕਿ ਸੱਤ ਤੱਕ ਡਵੈਲਪਮੈਂਟ ਹੋ ਰਹੀ ਏ ਰਿਸਰਚ ਦਾ ਕੰਮ ਕਿਵੇਂ ਹੋ ਰਿਹਾ ਪ੍ਰੋਡਕਸ਼ਨ ਕਿਵੇਂ ਹੋ ਰਹੀ ਏ ਜਾਨਵਰਾਂ ਦੀਆਂ ਬਿਮਾਰੀਆਂ ਦੇ ਬਾਰੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਦੇ ਤੇ ਜਿਹੜੀ ਬਿਹਤਰੀ ਲੰਦੀ ਜਾ ਰਹੀ ਏ ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਾਰਿਆਂ ਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਜਿਹੜੀ ਖੁਰਾਕ ਏ ਬੁਨਿਆਦੀ ਜ਼ਰੂਰਤ ਏ ਚਾਹ ਇਨਸਾਨ ਹੋਵੇ ਤੇ ਚਾਹ ਜਾਨਵਰ ਤੇ ਚਾਰੇ ਕਿਹੜੀ ਕਿਹੜੀ ਕਿਸਮ ਦੇ ਇੰਟਰੋਡਿਊਸ ਕਰਵਾ ਰਹੇ ਨੇ ਪਰ ਯੀਲਡ ਏ ਉਹ ਕਿੰਨੀ ਹੈ ਕਿੱਥੇ ਕਿੱਥੇ ਦੀ ਅਵੇਲੇਬਿਲਟੀ ਹੈ ਇਹ ਸਾਰੀ ਗੱਲਾਂ ਜਾਣਨ ਵਾਸਤੇ ਆਓ ਮੇਰੇ ਨਾਲ ਨਜ਼ਰ ਜਿਸ ਵੇਲੇ ਅਸੀਂ ਖੁਰਾਕ ਦੀ ਗੱਲ ਕਰਦੇ ਆ ਤੇ ਸਾਡੇ ਜ਼ਿਹਨ ਦੇ ਵਿੱਚ ਮਹਿਕਮਾ ਲਾਈਫ ਸਟਾਕ ਐਂਡ ਡੇਰੀ ਡਿਵੈਲਪਮੈਂਟ ਜਿਹੜਾ ਜ਼ਿਹਨ ਚਾਹੁੰਦਾ ਤੇ ਜਿਹੜਾ ਸਾਡਾ ਸਭ ਤੋਂ ਵੱਡਾ ਗਵਰਨਮੈਂਟ ਦਾ ਅਦਾਰਾ ਹੈ ਲਾਈਫ ਸਟਾਕ ਦਾ ਔਰ ਖਾਸ ਤੌਰ ਤੇ ਜਿਹੜਾ ਡੇਰੀ ਦੇ ਨਾਲ ਮੁਤਲਕ ਹੈ ਇਹ ਬਾਦਨਗਰ ਫਾਰਮ ਉਕਾੜਾ ਹੈ ਤੇ ਇੱਥੇ ਡਾਇਰੈਕਟਰ ਸਾਹਿਬ ਨੇ ਡਾਕਟਰ ਮਕਸੂਦ ਅਕਤਰ ਸਾਹਿਬ ਤੇ ਇਹਨਾਂ ਨੂੰ ਅਸੀਂ ਪੁੱਛਨੇ ਆ ਕਿ ਜਿਸ ਵੇਲੇ ਮੈਂ ਕਾਫੀ ਦੇਰ ਬਾਅਦ ਆਇਆ ਹਾਂ तकरीबन 1 ਸਾਲ ਦੇ وقفੇ ਬਾਅਦ ਤੇ ਮੈਂ ਦੇਖਿਆ ਹੈ ਕਿ ਇਹਦੇ ਬਹੁਤ ਹਾਲਾਤ ਜਿਹੜੇ ਨੇ ਪਹਿਲੇ ਤੋਂ ਬਿਹਤਰ ਨੇ ਰੋਡਸ ਔਰ ਇਹਨਾਂ ਦੀ ਲੈਬਾਰਟਰੀਜ਼ ਔਰ ਇਸ ਤੋਂ ਇਲਾਵਾ ਇਹਨਾਂ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਪਹਿਲੇ ਤੋਂ ਇੰਪਰੂਵ ਹੋਇਆ ਬismillahirrahmanirrahim ਮੈਂ ਸਭ ਤੋਂ ਪਹਿਲਾਂ ਪੀਟੀਵੀ ਟੀਮ ਨੂੰ ਆਪਣੇ ਸਦਾਰਿਸ਼ ਖੁਸ਼ਾਮਦੇਦ ਕਹਿਣਾ ਵਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇਹ ਅਦਾਰਾ ਜਿਹੜਾ ਹੈ ਇਹ ਮਦਰ ਇੰਸਟੀਚੂਟ ਆਫ ਲਾਈਫਸਟਾਕ ਦਾ ਇਹ ਵਾਹਦ ਅਦਾਰਾ ਹੈ ਜਿਹਦੇ ਵਿੱਚ ਲਾਈਫਸਟਾਕ ਦੇ ਜਿੰਨੇ ਡਿਸਪੀਨਲ ਐਨੀਮਲ ਬਰੀਡਿੰਗ ਐਂਡ ਜੈਨੇਟਿਕਸ ਨਿਊਟ੍ਰੀਸ਼ਨ ਮੈਨੇਜਮੈਂਟ ਕਮਿਊਨੀਕੇਸ਼ਨ ਸਮੇਤ ਮਾਰਕੀਟਿੰਗ ਦੇ ਜਿੰਨੇ ਵੀ ਸ਼ੋਭਾ ਜਾਤ ਨੇ ਉਹਨਾਂ ਦੇ ਸਾਰੇ ਸ਼ੋਭਾ ਵੀ ਮੌਜੂਦ ਨੇ ਔਰ ਉਹਨਾਂ ਦੇ ਟੈਕਨੀਕਲ ਐਕਸਪਰਟ ਵੀ ਸਾਡੇ ਕੋਲ ਮੌਜੂਦ ਨੇ ਦੂਸਰਾ ਇਹ ਵਾਹਦ ਇੰਸਟੀਚੂਟ ਹੈ ਨਾ ਸਿਰਫ ਪੂਰੇ ਪਾਕਿਸਤਾਨ 'ਚ ਸ਼ਾਇਦ ਮੇ ਵੀ ਦ ਮੱਝਾਂ ਨੇ ਗਾਵਾਂ ਨੇ ਭੇਡਾਂ ਬੱਕਰੀਆਂ ਨਾ ਸਿਰਫ ਉਹ ਸਾਰੇ ਇੱਥੇ ਮੌਜੂਦ ਨੇ ਬਲਕਿ ਉਹਨਾਂ ਦੀਆਂ ਮਜ਼ੀਦ ਨਸਲਾਂ ਵੀ ਮੌਜੂਦ ਨੇ ਬੱਕਰੀਆਂ ਦੀਆਂ 8 ਤੋਂ 10 ਨਸਲਾਂ ਨੇ ਭੇਡ ਦੀਆਂ ਕੋਈ 4-5 ਨਸਲਾਂ ਨੇ ਸਾਡੇ ਕੋਲ ਇਸੇ ਤਰ੍ਹਾਂ ਗਾਵਾਂ ਦੀਆਂ 2-3 ਨਸਲਾਂ ਮੌਜੂਦ ਨੇ ਤੇ ਜੋ ਵੀ ਬੰਦਾ ਬਾਕੀ ਜਿਸ ਵੀ ਅਦਾਰੇ 'ਚ ਤੁਸੀਂ ਜਾਓ ਤਾਂ ਉਥੇ ਕਿਤੇ ਮੱਝ ਮਿਲ ਜਾਏਗੀ ਤੁਹਾਨੂੰ ਕਿਲੇ ਗਾਂ ਮਿਲ ਜਾਏਗੀ ਵਾਹਦ ਅਦਾਰਾ ਹੈ ਕਿ ਜਿੱਥੇ ਸਾਰੇ ਜਾਨਵਰ ਮੌਜੂਦ ਨੇ ਅਜਰ ਸਾਹਿਬ ਇਹ ਦੱਸੋ ਕਿ ਅਸੀਂ ਪਿਛਲੇ ਸਾਲਾਂ 'ਚ ਜਿਸ ਲਈ ਇੱਥੇ ਰਿਕਾਰਡਿੰਗ ਕਰਨ ਲਈ ਆਂਦੇ ਸੀ ਆ ਇੱਥੇ ਬਕਰੇ ਬਕਰੀ ਇਹਨਾਂ ਦੀ ਕੋਈ ਕੋਈ ਨਸਲ ਹੁੰਦੀ ਸੀ ਕਿਹਾ ਉਹਨਾਂ ਨੂੰ ਵੀ ਵਧਾਇਆ ਗਿਆ ਇੱਥੇ ਪਹਿਲੇ ਸਿਰਫ ਇੱਕ ਹੀ ਨਸਲ ਹੁੰਦੀ ਸੀ ਲੋਹੀ ਪੇੜ ਦੀ ਹੁਣ ਅਲhamdulillah ਸਾਡੇ ਕੋਲ ਕਜਲੀ ਵੀ ਹੈ ਥੱਲੀ ਵੀ ਹੈ ਔਰ ਨਾਲ ਸਾਡੇ ਕੋਲ ਮੁੰਦਰੀ ਵੀ ਇੱਥੇ ਮੌਜੂਦ ਹੈ ਇਸੇ ਤਰ੍ਹਾਂ ਪਹਿਲਾਂ ਇੱਥੇ ਸਿਰਫ ਟੈਡੀ ਬਕਰੀ ਸੀ ਲੇਕਿਨ ਹੁਣ ਸਾਡੇ ਕੋਲ ਨਾਚੀ ਵੀ ਇੱਥੇ ਮੌਜੂਦ ਹੈ ਦੈਰਾਦੀਨ ਪਨਾਹ ਫਿਰ ਮੱਖੀ ਚੀਨੀ ਦੇ ਤਿੰਨ ਸਟ੍ਰੇਨ ਨੇ ਗੁਜਰਾਤੀ ਫੈਸਲਾਬਾਦੀ ਤਕਰੀਬਨ ਜੋ ਵੀ ਨਸਲਾਂ ਪੰਜਾਬ ਚ ਅਹਿਮ ਨਸਲਾਂ ਨੇ ਉਹ ਇੱਥੇ ਸਾਡੇ ਕੋਲ ਮੌਜੂਦ ਨੇ گاਵਾਆਂ ਦੀਆਂ ਨਸਲਾਂ ਪਿੱਲਾਂ ਇੱਥੇ ਸਿਰਫ ਸਾਈਵਾਸੀ ਅਲਹਮਦੁਲਿਲਾ ਹੁਣ ਸਾਡੇ ਕੋਲ ਚੋਲਸਤਾਨੀ ਵੀ ਆ ਗਈ ਹੈ ਔਰ ਸਭ ਤੋਂ ਵੱਡਾ ਕੰਮ ਜਿਹੜਾ ਕਿ ਅਸੀਂ ਮੌਜੂਦਾ ਸੈਕਟਰੀ ਸਾਹਿਬ ਦੀ ਰਹਿਨਮਾਈ ਚ ਕਰ ਰਹੇ ਹਾਂ ਅਸੀਂ ਬੀਫ ਦਾ ਵੀ ਇੱਥੇ ਬ੍ਰਾਹਮਣ ਨਾਲ ਕਰਾਸ ਕਰਾ ਕੇ ਅਸੀਂ ਬੀਫ ਪ੍ਰੋਡਕਸ਼ਨ ਦੇ ਨਾਲ ਵੀ ਅਸੀਂ ਜਿਹੜੀ ਦੁੱਧ ਦੇ ਨਾਲ ਗੋਸ਼ਤ ਦੀ ਵੀ ਕਮੀ ਹੈ ਉਹਦੇ ਉੱਤੇ ਵੀ ਰਿਸਰਚ ਤਹਿਕੀਕਾਤ ਕੇ ਇਹਦੀ ਵੀ ਪੈਦਾਵਾਰ ਵਧਾਉਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਨਾਜ਼ਰੀਨ ਅਸੀਂ ਜਿਸ ਦਾਇਰੇ ਚ ਮੌਜੂਦਾ ਇਹ ਰਿਸਰਚ اور پروڈکشن ਦੇ ਨਾਤੇ قائم ਹੋਇਆ ਤੁਸੀਂ ਡਾਕਟਰ ਸਾਹਿਬ ਨੂੰ ਪੁੱਛਨੇ ਆ ਕਿ ریسرچ اور پروڈکشن کس حد تک ਤੁਸੀਂ ਇਹਨੂੰ مزید کامیاب بنا سکے ہو جی ڈاکٹر ਦਰاصل ਇਸ ادارے ਦਾ ਮਕਸਦ ਇਹ ਹੈ ਕਿ ਜਿਹੜੇ ਜਾਨਵਰਾਂ ਦੀ ਤਦਾਦ ਦੀ ਬਜਾਏ ਉਹਦੀ ਫੀ ਪੈਦਾਵਾਰ ਵਧਾਈ ਜਾਏ ਤਾਂ ਕਿ ਜਾਨਵਰਾਂ ਦੀ ਤਦਾਦ ਘਟ ਹੋ ਜਾਏ ਔਰ ਉਹਨਾਂ ਦੇ ਉੱਤੇ ਜਿਹੜੇ ਸਾਡੇ ਖੁਰਾਕ ਦੇ ਖਰਚਾ ਜਾਂ ਯਾ ਦੂਜੇ ਖਰਚਾ ਜਾਤ ਨੇ ਉਹ ਕਮ ਹੋਵੇ ਲੇਕਿਨ ਜਿਹੜੇ ਜਾਨਵਰ ਨੇ ਉਹ ਤਿੰਨ ਦੀ ਬਜਾਏ 6 ਜਾਂ 10 ਲੀਟਰ ਦੇਣ ਔਰੇ ਇੱਕ ਇੱਕ ਆ ਹਿਸਤਾ ਹਿਸਤਾ ਇਹ ਪ੍ਰੋਸੈਸ ਇਹ ਮੁਕਮਲ ਹੁੰਦਾ ਹੈ ਇਹਦੇ ਵਿੱਚ ਮੇਜਰ ਜਿਹੜਾ ਕਿਰਦਾਰ ਹੈ ਉਹ ਜੈਨੇਟਿਕਸ ਦਾ ਹੁੰਦਾ ਹੈ ਕਿ ਅੱਛੇ ਅਗਰ ਤੁਸੀਂ ਮੇਲ ਅਗਰ ਸਿਲੈਕਟ ਕਰ ਲਓ ਤਾਂ ਮੇਲ ਆਪਣਾ ਜਿਹੜਾ ਅੱਧਾ ਹਿੱਸਾ ਆਉਣ ਵਾਲੀ نسل ਚ ਦਿੰਦਾ ਹੈ ਅਗਰ ਤੁਹਾਡੇ ਕੋਲ ਅੱਛਾ ਮੇਲ ਜਿਹਦੇ ਜਿਹਦੇ ਚ ਜੀਨ ਐਸੇ ਹੋਣ ਕਿ ਜਿਹੜੇ ਦੁੱਧ ਦੇ ਵਾਲੇ ਜੀਨ ਪੈਦਾਵਾਰ ਹੋਣ ਜਾਂ ਗੋਸ਼ਤ ਵੜਾਉਣ ਵਾਲੇ ਹੋਣ ਅਗਰ ਤੁਸੀਂ ਉਹ ਸਿਲੈਕਟ ਕਰ ਲਓ ਤੇ ਤੁਹਾਡੇ ਆਉਣ ਵਾਲੀ نسل ਜਿਹੜੀ ਪਿਛਲੀ نسل ਨਾਲੋਂ ਦੁੱਧ ਵੀ ਜ਼ਿਆਦਾ ਦੇਗੀ ਔਰ ਗੋਸ਼ਤ ਵੀ ਜ਼ਿਆਦਾ ਦੇਗੀ ਅਸੀਂ ਸਿਰਫ ਇਹ ਸੀਮਨ ਐਸਪੀ ਉਹਦੇ ذریعے ਪੂਰੀ ਪੰਜਾਬ ਚ ਨਹੀਂ ਦਿੰਦੇ ਬਲਕਿ ਜਿਹੜੇ ਦਿਲਚਸਪੀ ਰੱਖਦੇ ਨੇ ਸਾਡੇ ਬਰੀਡਰ ਹਜ਼ਰਤ ਅਸੀਂ ਉਹਨਾਂ ਨੂੰ ਸਬਸਿਡੀ ਦੇ ਉੱਤੇ ਉਹਨਾਂ ਨੂੰ ਨਰ ਵੀ ਦਿੰਨੇ ਆ ਤਾਂ ਕਿ ਉਹ ਕੁਦਰਤੀ ਮਿਲਾਵ ਵੀ ਕਰਾ ਸਕਣ ਇੱਥੇ ਵਾਹਤ ਸਾਲ 1982 ਦੀ ਫੀਡ ਮੈ ਲੱਗੀ ਅਨਮੋਲ ਵੰਡੇ ਦੇ ਨਾਂ ਤੋਂ ਅਸੀਂ ਉਹ ਵੰਡਾ ਬਣਾਉਨੇ ਆ ਸਰਕਾਰੀ ਫਾਰਮਾਂ ਤੇ ਵੀ ਦਿੰਨੇ ਆ ਔਰ ਪ੍ਰਾਈਵੇਟ ਲੋ ਵੀ ਜਿਹੜੇ ਦਿਲਚਸਪੀ ਰੱਖਦੇ ਨੇ ਅਸੀਂ ਬਗੈਰ ਮੁਨਾਫੇ ਤੋਂ ਅਸੀਂ ਉਹਨਾਂ ਨੂੰ ਮੁਹੱਈਆ ਕਰ ਰਹੇ ਆ ਇਹ ਬਹੁਤ بڑا ਇਨਕਲਾਬ ਹੈ ਇਸੇ ਤਰ੍ਹਾਂ ਇੱਥੇ ਸਾਡੇ ਕੋਲ ਬਹੁਤ ਸਾਰੇ ਸਬਜ਼ ਚਾਰੇ ਸਾਂ ਪਹਿਲਾਂ ਮੁਤਾਰਫ ਕਰਾਏ ਨੇ ਜਿਨ੍ਹਾਂ ਵਿੱਚ ਮੱਕਈ ਦੇ ਐਫ ਗੋਈ ਵਗੈਰਾ ਅਸੀਂ ਫਿਰ ਜਵਾਰ ਦੀਆਂ 3-4 ਵੈਰਾਈਟੀਆਂ ਸਨ ਜਿਹੜੇ ਪੁਰਾਣੇ ਚਾਰੇ ਸਨ ਪਹਿਲਾਂ ਅਸੀਂ ਉਹਨਾਂ ਨੂੰ ਰਵਾਇਤੀ ਚਾਰੇਆਂ ਨੂੰ ਵੀ ਕੀਤਾ ਔਰ ਲੋਕ ਸਾਡੇ ਕੋਲੋਂ ਇੱਥੇ ਬਿਨ ਬੀ ਲੈ ਕੇ ਜਾਂਦੇ ਰਹੇ ਨੇ ਜਵੀ ਦਾ ਵੀ ਜਵਾਰ ਦਾ ਵੀ ਸਬਸਿਡੀ ਦੇ ਲੇਕਿਨ ਇਹ ਪਿਛਲੇ ਸਾਲ ਤੋਂ ਇੱਕ ਮਹਿਕਮਾ ਲਾਈਸਟਾਕ ਨੇ ਇੱਕ ਨਵੇਂ ਐਸੇ ਚਾਰੇ ਵੀ ਬਾਹਰੋਂ ਦਰਾਮਦ ਕਰਕੇ ਅਸੀਂ ਉਹ ਮੁਤਾਰਫ ਕਰਾਏ ਨੇ ਉਹ ਵੀ ਇਸ ਅਧਾਰੇ ਦਾ ਹੀ ਕਾਰਨਾਮਾ ਹੈ ਉਹਦੇ ਵਿੱਚ ਤਿੰਨ ਅਸੀਂ ਕਰਵਾਏ ਸਨ ਐਸੇ ਚਾਰੇ ਕਿ ਜਿਹੜੇ ਮਲਟੀ ਕਾਟ ਹੋਣ ਮਸਲਨ ਇੱਕ ਨਾ ਉਹਦਾ ਕੱਟ ਹੋ ਜਾਏ ਉਹਦੇ ਸਾਲ ਦੇ ਵਿੱਚ ਉਹ 4-5 ਕੱਟ ਦੇਵੇ ਔਰ ਇੱਕ ਦਫਾ ਲਾ ਦੇਈਏ ਤਾਂ 10-15 15 ਸਾਲ ਰਹਿਣ ਤਾਂ ਕਿ ਲੋਕਾਂ ਨੂੰ ਇੱਕ ਤੇ ਜ਼ਮੀਨ ਚਾਰੇ ਵਾਸਤੇ ਘੱਟ ਇਸਤੇਮਾਲ ਹੋਵੇ ਔਰ ਦੂਸਰੀ ਇੱਕ ਦਫਾ ਲਾ ਕੇ ਤੇ ਉਹਨਾਂ ਨੂੰ ਮਿਲਦਾ ਰਹੇ ਔਰ ਤੀਸਰੀ ਸਭ ਤੋਂ ਵੱਡੀ ਇਹ ਕਿ ਉਹਨਾਂ ਦੀ ਜਿਹੜੇ ਸਾਡੇ ਰਵਾਇਤੀ ਚਾਰੇ ਸਨ ਜਵਾਰ ਬਾਜਰਾ ਵਗੈਰਾ ਉਹਨਾਂ ਨਾਲੋਂ ਉਹਨਾਂ 'ਚ ਤਾਕਤ ਵੀ ਜ਼ਿਆਦਾ ਹੋਵੇ ਉਹਨਾਂ ਚੋਂ ਤਿੰਨ ਚਾਰਿਆਂ ਦੀ ਅਸੀਂ ਇੱਕ ਤਰੱਕੀਆਤੀ ਸਕੀਮ ਉਤਾਰਫ ਕਰਾਈ ਸੀ ਜਿਨ੍ਹਾਂ ਦੇ ਵਿੱਚ ਅ ਐਂਡ ਬੀ ਐਨ ਹੈਬ੍ਰਿਡ ਸੀ ਜਿਹਨੂੰ ਅਸੀਂ ਦੁੱਧ ਦਾ ਕਮਾਦ ਵੀ ਜਾਂ এলিਫੈਂਟ ਗ੍ਰਾਸ ਵੀ ਕਹਿੰਨੇ ਆ ਫਿਰ ਇਸ ਤਰ੍ਹਾਂ ਰੋਡ ਗ੍ਰਾਸ ਇੱਕ ਇੱਕ ਨਾਲ ਮੁਬਸਾ ਸੀ ਔਰ ਉਹਨਾਂ ਕਿੰਨਾ ਨੂੰ ਅਸੀਂ ਪੂਰੇ ਨਾ ਸਿਰਫ ਸਰਕਾਰੀ ਫਾਰਮਾਂ ਦੇ ਉੱਤੇ ਉਹਨੂੰ ਲਵਾ ਕੇ ਉਹਦੇ ਪਹਿਲਾਂ ਅੱਛੇ ਰਿਜ਼ਲਟ ਲੈਨੇ ਫਿਰ ਉਹਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਹਰ ਤਹਿਸੀਲ 'ਚ ਵੀ ਲਾਇਆ ਔਰ ਇਸ ਵਕਤ ਇਸ ਪ੍ਰੋਗਰਾਮ ਦੇ ਤਹਿਤ ਹਰ ਤਹਿਸੀਲ ਦੇ ਵਿੱਚ ਅਸੀਂ ਮੁਫਤ ਜਿਹੜਾ 15 ਏਕੜ ਇਹਨਾਂ ਤਿੰਨਾਂ ਚਾਰਿਆਂ ਦਾ ਜਿਹੜਾ ਬੀ ਜਿਹੜਾ ਉਹ ਮੁਹੱਈਆ ਕੀਤਾ ਹੈ ਔਰ ਅਲhamdulillah ਅਸੀਂ ਇਸ ਪ੍ਰੋਜੈਕਟ ਦੇ ਤਹਿਤ ਆਪਣਾ ਜਿੰਨਾ ਟਾਰਗੇਟ ਸੀ ਹਰ ਤਹਿਸੀਲ ਦੇ ਵਿੱਚ ਉਹ ਪੂਰਾ ਕੀਤਾ ਔਰ ਇਹ ਟਾਰਗੇਟ ਨੂੰ ਅਸੀਂ ਪੂਰਾ ਨਾ ਸਿਰਫ ਅਸਾਂ ਕੀਤਾ ਹੈ ਬਲਕਿ ਜਿੰਨਾਂ ਲੋਕਾਂ ਕੋਲੋਂ ਅਸਾਂ ਲਵਾਇਆ ਹੈ ਉਹ ਲੋਕ ਉਹਨਾਂ ਦੇ ਜਿਹੜੇ ہمسਾਏ ਨੇ ਜਾਂ ਦੂਸਰੇ ਲੋਕ ਨੇ ਉਹਨਾਂ ਕੋਲੋਂ ਲੈ ਕੇ ਅੱਗੋਂ ਬੀ ਲਾ ਰਹੇ ਔਰ ਹੁਣ ਇਸ ਵਕਤ ਅਸੀਂ ਇੱਕ ਬਾਜਰੇ ਦੀ ਇੱਕ ਇੱਕ ਗੱਲ ਕਰੀਏ ਸੀ ਬੀਐਨ ਹਾਈਬ੍ਰਿਡ ਦੀ ਅਗਰ ਅਸੀਂ ਉਹਦੀ ਗੱਲ ਕਰੀਏ ਤੇ ਉਹ ਇਸ ਵਕਤ ਐਸਾ ਚਾਰ ਹੈ ਕਿ ਇਸ ਫਾਰਮ ਦੇ ਵਿੱਚ ਦਾ ਸਿਰਫ ਟਾਰਗੇਟ ਸੀ 60 ਏਕੜ ਲਾਣਾ ਲੇਕਿਨ ਇਸ ਵਕਤ ਮੇਰੇ ਕੋਲ 292 ਏਕੜ ਖੜਾ ਹੈ ਔਰ ਇਹ ਲਾਣ ਤੋਂ ਬਾਅਦ ਮੈਂ ਜਿੰਨਾ ਸੈਲਜ ਬਣਾਇਆ ਸੀ ਉਹ ਵੀ ਉਸ ਰਹੀ ਮਫੂਜ਼ ਪਿਆ ਹੈ ਔਰ ਮੈਨੂੰ ਕਿਸੇ ਹੋਰ ਦੂਸਰੇ ਚਾਰੇ ਦੀ ਹਾਲੀ ਤੱਕ ਜ਼ਰੂਰਤ ਹੀ ਨਹੀਂ ਪਈ ਮੇਰੇ ਕੋਲ ਉਹ ਹੀ ਖਤਮ ਨਹੀਂ ਹੋ ਰਿਹਾ ਇਹਦੇ ਇਸ ਚਾਰੇ ਦੀ ਨਾਲ ਇਨਕਲਾਬ ਦੀ ਵਜ੍ਹਾ ਤੋਂ ਜਿਹੜਾ ਕਿ ਅਸੀਂ ਹਮੇਸ਼ਾ ਗਿਲਾ ਕਰਨੇ ਆ ਕਿ ਜੀ ਗਰਮੀਆਂ ਦੇ ਵਿੱਚ ਬਿਲਕੁਲ ਜਾਨਵਰਾਂ ਨੂੰ ਪੱਠਾ ਨਹੀਂ ਮਿਲਦਾ ਇੱਕ ਕ੍ਰੰਚ ਪੀਰੀਅਡ ਆ ਜਾਂਦਾ ਹੈ ਸਾਡੇ ਜਵਾਰ ਬਾ ਜਿਹੜਾ ਸਿੰਗਲ ਕਾਟੇ ਇੱਕ ਤੇ ਉਹ ਖਤਮ ਹੋ ਜਾਂਦੀ ਹੈ ਦੂਸਰਾ ਜਦੋਂ ਪੱਕ ਜਾਂਦੀ ਹੈ ਤੇ ਫਿਰ ਉਹਦੇ ਚ ਤਾਕਤ ਨਹੀਂ ਰਹਿੰਦੀ ਇਹ ਅਲhamdulillah ਕਮੀ ਜਿਹੜੀ ਹੈ ਇਹ ਅਗਲੇ 1 2 ਸਾਲ ਤੱਕ ਕਰ ਕਮਸ ਕਮ ਚਾਰੇ ਦੀ ਹੱਦ ਤੱਕ ਹਰ ਫਾਰਮਰ ਦੀ ਅਗਰ ਇਹਨੂੰ ਅਡਾਪਟ ਲੋਕੀ ਕਰ ਲੈਣਗੇ ਤੇ ਖਤਮ ਹੋ ਜਾਏਗੀ ਔਰ ਨਾਲ ਅਗਰ ਜੁ ਮਜ਼ੀਦ ਜਿਹੜਾ ਦੁੱਧ ਜ਼ਿਆਦਾ ਜਿਹੜੇ ਜਾਨਵਰ ਦਿੰਦੇ ਨੇ ਜਾਂ ਉਹਨੇ ਬੱਚਾ ਦੇਣਾ ਹੈ ਉਹਦੀ ਕਮੀ ਪੂਰੀ ਕਰਨ ਵਾਸਤੇ ਸਪਲੀਮੈਂਟ ਦੇ ਤੌਰ ਤੇ ਨਾਲ ਤੁਸੀਂ ਵੰਡਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੀ 3 ਲੀਟਰ ਪਿੱਛੇ 1 ਕਿਲੋ ਤੁਸੀਂ ਵੰਡਾ ਦੇਣਾ ਹੈ ਅਗਰ ਜਾਨਵਰ ਤੁਹਾਡਾ ਸੂਣ ਵਾਲਾ ਤੇ ਉਹਨੂੰ ਵੀ ਥੋੜੀ ਜਿਹੀ એનર્ਜੀ ਵਾਸਤੇ ਵੰਡਾ ਦਿਓ ਤਾਂ ਅਗਰ ਇਹ ਨਾਲ ਹੋ ਜਾਏਗਾ ਤੇ ਇਨਸ਼ਾਅੱਲਾ ਇਹ ਪੈਦਾਵਾਰੀ ਜਿਹੜੀ ਸਾਡੀ ਮੌਜੂਦਾ ਪੈਦਾਵਾਰੀ ਸਹਲਿਅਤ ਹੈ ਜਿਹੜੀ ਕਿ ਬੜੀ ਘੱਟ ਸੀ ਸਿਰਫ ਚਾਰੇ ਦੀ ਕਮੀ ਦੀ ਵਜ੍ਹਾ ਤੋਂ ਜਾਂ ਵੰਡੇ ਦੇ ਨਾ ਹੋਣ ਦੀ ਵਜ੍ਹਾ ਤੋਂ ਇਹਨਾਂ ਦੋਨਾਂ ਦੀ ਆਣ ਦੀ ਵਜ੍ਹਾ ਤੋਂ ਔਰ ਪਲੱਸ ਜੈਨੇਟਿਕਸ ਦੀ ਬਿਹਤਰ ਹੋਣ ਦੀ ਵਜ੍ਹਾ ਤੋਂ ਇਨਸ਼ਾਅੱਲਾ ਉਮੀਦ ਹੈ ਕਿ ਅਗਲੇ ਚੰਦ ਸਾਲਾਂ ਦੇ ਵਿੱਚ ਇਹ ਬਹੁਤ ਸਾਡੀ ਜਿੰਨੀ ਵੀ ਪੈਦਾਵਾਰ ਹੈ ਦੁੱਧ ਦੀ ਜਾਂ ਗੋਸ਼ਤ ਦੀ ਇਨਸ਼ਾਅੱਲਾ ਡਬਲ ਹੋ ਜਾਏਗੀ ਜੁਸੀਂ ਚਾਰਾਜਾਦ ਦੀ ਗੱਲ ਕਰ ਰਹੇ ਹੋ ਤੇ ਚਾਰੇ ਦੇ ਵਿੱਚ ਚਾਰਾ ਜਿਹੜਾ ਹੈ ਨੈਪੀਅਰ ਤੁਸੀਂ ਉਹਦਾ ਨਾਮ ਲਿਆ ਤੇ ਅਸੀਂ ਬਾਜ਼ ਸੁਣਿਆ ਲੋਕਾਂ ਕੋਲ ਲੋਕਾਂ ਕਿ ਉਹ ਜਾਨਵਰ ਨੇ ਇਸਤੇਮਾਲ ਕਰਵਾਉਂਦੇ ਨੇ ਤੇ ਉਹਨਾਂ ਦਾ ਕੋਈ ਡਾਈਜੈਸਟਿਵ ਸਿਸਟਮ ਜਿਹੜਾ ਹੈ ਉਹ ਡਿਸਟਰਬ ਹੋ ਜਾਂਦਾ ਹੈ। ਕੀ ਉਹ ਉਹਦੀ ਵਜ੍ਹਾ ਹੈ ਜਾਂ ਕੁਝ ਹੋਰ ਮਾਮਲਾਤ ਨੇ ਤੇ ਇਹਦੇ ਨਾਲ ਹੀ ਮੈਂ ਇੱਕ ਜ਼ਿੰਮਨੀ ਜਿਹਾ ਮੇਰਾ ਇਹ ਵੀ ਸਵਾਲ ਹੈ ਕਿ ਇਹ ਜਿਹੜੇ ਤੁਸੀਂ ਚਾਰਾ ਜਦ ਦਾ ਨਾਮ ਲੈ ਰਹੇ ਹੋ ਇਹਨਾਂ ਦੀ ਅਵੇਲੇਬਿਲਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਮੌਮਕੀਨ ਹੈ? ਜੀ ਬਿਲਕੁਲ ਬੜਾ ਅੱਛਾ ਸਵਾਲ ਕੀਤਾ ਤੁਸੀਂ। ਜਾਤਿਕਰ ਅਵੇਲੇਬਿਲਟੀ ਦਾ ਮਸਲਾ ਮੈਂ ਇੱਥੇ 292 ਏਕੜ ਲਾਇਆ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਇਹਦੀ ਜ਼ਰੂਰਤ ਹੋਵੇ ਉਹ ਆ ਜਾਵੇ ਮੈਂ ਖੁਦ ਵੀ ਬਣਾ ਕੇ ਉਸ ਨੂੰ ਮੁਫਤ ਦੇਾਂਗੇ ਜਿਹੜੀ ਦੂਸਰੀ ਤੁਸੀਂ ਕਹਿ ਕੇ ਦਾ ਕੋਈ ਹਾਜ਼ਮੇ ਦਾ ਵਜ੍ਹਾ ਇਹ ਆਮ ਤੌਰ ਤੇ ਹਾਲੀ ਤਿੱਕਰ ਸਾਡੀ ਕੋਈ ਕਾਮਨ ਸ਼ਿਕਾਇਤ ਨਹੀਂ ਹੈ ਕਿਲੇ ਕਦੁਕਾ ਹੈ ਵੇ ਮੇਰੇ ਖਿਆਲ ਦੇ ਵਿੱਚ ਕਿ ਇਹਦੀ ਵੀ ਇੱਕ ਸਟੇਜ ਹੁੰਦੀ ਹੈ ਕਿ ਜਦੋਂ ਤੁਸੀਂ ਕੱਟ ਕੇ ਪਾਓ ਇਹ ਬੜੀ ਜਲਦੀ ਜਦੋਂ ਬਾਰਿਸ਼ ਹੁੰਦੀ ਹੈ ਤੇ ਜਾਂ ਬਹੁਤ ਜਲਦੀ ਇਹਦੀ ਹਾਈਟ ਵੀ ਹੋ ਜਾਂਦਾ ਹੈ ਔਰ ਇਹ ਥੋੜਾ ਜਿਹਾ ਪੱਕ ਵੀ ਜਾਂਦਾ ਹੈ ਜਿਹਦੇ ਵਿੱਚ ਫਾਈਬਰ ਦੀ ਕੰਟੈਂਟ ਜ਼ਿਆਦਾ ਹੋ ਜਾਂਦੇ ਨੇ ਹੋ ਸਕਦਾ ਉਹਦੀ ਵਜ੍ਹਾ ਤੋਂ ਪ੍ਰੋਬਲਮ ਹੋਵੇ ਅਸੀਂ ਇਹਨੂੰ ਆਪਣੀ ਲੈਬ ਦੇ ਤਾ ਜਿਸ ਤਰ੍ਹਾਂ ਤੁਸੀਂ ਸ਼ਿਕਾਇਤ ਦਸੀਏ ਮੈਂ ਸੈਂਪਲ ਲੈ ਕੇ ਸੀ ਇਹਦੇ ਉੱਤੇ ਰਿਸਰਚ ਕਰਕੇ ਫਿਰ ਲੈਬ ਦੇ ਐਨਾਲਿਸਿਸ ਤੋਂ ਬਾਅਦ ਕੋਈ ਇਹਦੇ ਚ ਆਥੈਂਟੀਕੇਟਡ ਜਵਾਬ ਜਿਹੜਾ ਹੈ ਉਹ ਬਾਅਦ ਇਨਸ਼ਾਅੱਲਾ ਦੇਵਾਂਗੇ ਜੁਹੀਂ ਜੁਹੀਂ ਇਹਦੇ ਚ ਕੋਈ 네ਗੇਟਿਵ ਜਾਂ ਇਹਦੇ ਇੰਪੈਕਟ ਨਜ਼ਰ ਆ ਰਹੇ ਨੇ ਅਸੀਂ ਨਾਲ-ਨਾਲ ਕੋਲ ਫੀਡ ਐਨਾਲਿਸਿਸ ਲੈਬ ਵੀ ਹੈ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚੋਂ ਫੀਡ ਫਾਡਰ ਦੇ ਸੈਂਪਲ ਫੀਡ ਇੰਗਰੀਡੀਅੰਟ ਦੇ ਸੈਂਪਲ ਵੰਡੇ ਦੇ ਸੈਂਪਲ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਸੀ ਉਹ ਵੀ ਫ੍ਰੀ ਕਰਨੇ ਆ ਤਾਂ ਇਹ ਤੇ ਬਿਲਕੁਲ ਇੱਕ ਕੰਮ ਚਾਹੀਏ ਸੀ ਆਪਣੇ ਕੋਲੋਂ ਵੀ ਇੱਥੋਂ ਲਿਆ ਕੇ ਮੁxtਲਫ ਸਟੇਜਸ ਦੇ ਉੱਤੇ ਇਹਦੀ ਐਨਾਲਿਸਿਸ ਕਰਕੇ ਤੇ ਫਿਰ ਇਨਸ਼ਾਅੱਲਾ ਤੁਹਾਨੂੰ ਇਹਦਾ ਵੀ ਹੱਲ ਇਨਸ਼ਾਅੱਲਾ ਐਕਸਪਰਟ ਕੋ ਲੈ ਕੇ ਇਹ ਵੀ ਦੇ ਦੇਵਾਂਗੇ ਕਹਿੰਦੇ ਨੇ ਕਿ ਕੋਈ ਵੀ ਅਧਾਰਾ ਹੋਵੇ ਤੇ ਜਦ ਤੱਕ ਉੱਥੇ ਕੋਈ ਤਰਬੀਅਤੀ ਪ੍ਰੋਗਰਾਮ ਨਾ ਹੋਵੇ ਤੇ ਕਾਮਯਾਬੀ ਨਹੀਂ ਮਿਲ ਸਕਦੀ ਤੇ ਸਾਡੇ ਜਿਹੜੇ ਬਹੁਤ ਸਾਰੇ ਦੋਸਤ ਨੇ ਕਾਸ਼ਕਾਰ ਨੇ ਜ਼임ੇਦਾਰ ਨੇ ਜਾਂ ਜਾਨਵਰ ਪਾਲਣ ਵਾਲੇ ਨੇ ਤੇ ਕੀ ਇਹਨਾਂ ਦੀ ਸਹੂਲਤ ਵਾਸਤੇ ਤੁਸੀਂ ਕੋਈ ਤਰبیਤੀ ਪ੍ਰੋਗਰਾਮ ਵੀ ਇਥੇ ਮੁਨਕਿਤ ਕਰਦੇ ਹੋ ਹਾਂਜੀ ਬਹੁਤ ਅੱਛਾ ਸਵਾਲ ਕੀਤਾ ਹੈ ਡਾਕਟਰ ਸਾਹਿਬ ਤੁਸੀਂ ਅਸੀਂ ਇਸ ਸਾਲ ਸ਼ਾਇਦ ਲਾਈ ਸਟਾਕ ਦੀ ਤਾਰੀਖ ਚ ਪਹਿਲਾ ਮੌਕਾ ਹੈ ਕਿ ਇਸ ادارے ਨੇ हर तहसील लेवल ਤੇ જિલ્લા 110 پروگرام ਜਿਹੜੇ ਨੇ ਟ੍ਰੇਨਿੰਗ ਪ੍ਰੋਗਰਾਮ ਫਾਰਮਰ ਦੇ ਹਵਾਲੇ ਨਾਲ ਖਸੂਸੀ ਤੌਰ ਤੇ ਕੀਤੇ ਨੇ ਔਰ ਜਿਸ ਤਰ੍ਹਾਂ ਦੂਸਰੀਆਂ ਵੀ ਆਦੀਆਂ ادارے ਦੀਆਂ ਐਕਟੀਵਿਟੀਆਂ ਨੇ ਉਹ ਵੀ ਦੱਸਿਆ ਗਿਆ ਇਹ ਤੋਂ ਤਕਰੀਬਨ ਕੁ 30000 ਫਾਰਮਰ ਨੂੰ ਅਸੀਂ ਡੋਰ ਸਟੈਪਸ ਤੇ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਲੇਕਿਨ ਇਹ ادارے ਦਾ ਇੱਕ ਇਹ ਵੀ ਪਲੱਸ ਪੁਆਇੰਟ ਹੈ ਕਿ ਸਾਡੇ ਕੋਲ ਬਕਾਇਦਾ ਇੱਥੇ ਟ੍ਰੇਨਿੰਗ ਹੋਸਟਲ ਨੇ ਬਣੇ ਔਰ ਫਾਰਮਰ ਦੇ ਅਸੀਂ ਟ੍ਰੇਨਿੰਗ ਜਿਹੜੇ ਨੇ ਉਹ ਖੁਦ ਇੱਥੇ ਆ ਕੇ ਖੁਦ ਵੀ ਟ੍ਰੇਨਿੰਗ ਲੈਂਦੇ ਨੇ ਔਰ ਅਸੀਂ ਵੀ ਆਪਣਾ ਸਾਡਾ ਇੱਕ ਕਮਿਊਨੀਕੇਸ਼ਨ ਦਾ ਇੱਕ ਬਕਾਇਦਾ ਇੱਥੇ ਵਿੰਗ ਹੈ ਡਵੈਲਪਮੈਂਟਸ ਮੋਟ ਕਮਿਊਨੀਕੇਸ਼ਨ ਦੇ ਨਾਂ ਤੇ ਉਹਦੇ ਅਫੀਸਰ ਜਾ ਕੇ ਫਾਰਮਰ ਦੇ ਛੋਟੇ ਛੋਟੇ ਡੇਰਿਆਂ ਤੇ ਜਾ ਕੇ ਪ੍ਰੋਗਰਾਮ ਵੀ ਕਰਦੇ ਨੇ ਔਰ ਜਿਸ ਮੌਸਮ ਦੇ ਹਲਿਆਜ਼ ਨਾਲ ਜਾਂ ਜਿਸ ਵਕਤ ਦੇ ਲਿਹਾਜ਼ ਨਾਲ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਹਦੇ ਬਾਰੇ ਚ ਲੋਕਾਂ ਨੂੰ ਜਾ ਕੇ ਟ੍ਰੇਨਿੰਗ ਵੀ ਦਿੰਦੇ ਨੇ ਅਗਾਈ ਵੀ ਦਿੰਦੇ ਨੇ ਅਗਰ ਗਰਗੋ 2 ਦਾ ਸੀਜ਼ਨ ਆ ਰਿਹਾ ਤੇ ਸਿਉ ਦੇ ਤੇ ਜਾ ਕੇ ਲੋਕਾਂ ਨੂੰ ਦੱਸਦੇ ਨੇ ਅਗਰ ਕਿਸੇ ਦਾ ਫਾਰਮਰ ਦਾ ਇਸ਼ੂ ਆ ਰਿਹਾ ਉਹ ਵੀ ਜਾ ਕੇ ਟ੍ਰੇਨਿੰਗ ਦੇਣੇ ਆ ਅਗਰ ਮੱਝਾਂ ਦੀ ਕਾਉਿੰਗ ਦਾ ਕੋਈ ਸੀਜ਼ਨ ਆਇਆ ਤਾਂ ਫਿਰ ਉਸ ਸੀਜ਼ਨ ਦੇ ਵਿੱਚ ਅਸੀਂ ਮੱਝਾਂ ਦੀ ਜਿਹੜਾ ਸੂਣ ਵਾਸਤੇ ਕੀ ਹੁੰਦਾ ਇਤਿਆਤਤਾ ਦਾ ਵੀਰ ਕਰਨੀਆਂ ਚਾਹੀਦੀਆਂ ਨੇ ਜਾਂ ਸੂਣ ਤੋਂ ਬਾਅਦ ਉਹਦੀਆਂ ਕੀ ਇਤਿਆਤਾਂ ਕਰਨੀਆਂ ਚਾਹੀਦੀਆਂ ਨੇ ਉਹ ਸਾਰੇ ਜਾ ਕੇ ਦੱਸਣ ਉਹ ਸਾਡੀ ਇਸ ਐਕਟੀਵਿਟੀ ਦਾ ਸਭ ਤੋਂ ਵੱਡਾ ਫਾਇਦਾ ਹੈ ਵੀ ਕਿ ਹੋਇਆ ਲੋਕਾਂ ਨੂੰ ਕਿ ਬੱਚੇ ਜਿਹੜੇ ਸਨ ਮੱਜਾਂ ਦੇ گاਵਾਂ ਦੇ ਮਰ ਜਾਂਦੇ ਸਨ ਇਸ ਵਜ੍ਹਾ ਤੋਂ ਕਿ ਉਹ ਬੋਲੀ ਨਹੀਂ ਸੰਪਿਆਂਦੇ ਦੁੱਧ ਪਿਆ ਨਹੀਂ ਸਨ ਜ਼ਿਆਦਾ ਪਿਆਂਦੇ ਹੁਣ ਅਲਹਮਦੁਲਿਲਾ ਇਹ ਕਾਫ ਮਾਰਟੈਲਿਟੀ ਬਹੁਤ ਕੱਟ ਗਈ ਹੈ ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਵੇ ਕਿਸੀ ਲੋਕਾਂ ਨੂੰ ਤਰਕੀਬ ਦਿੱਤੀ ਹੈ ਕਿ ਜੂਹੀ ਜਾਨਵਰ ਸੌਂਦਾ ਹੈ ਉਹਨੂੰ ਫੌਰੀ ਤੌਰ ਤੇ ਬੱਚੇ ਨੂੰ ਉਹਦੀ ਬੌਲੀ ਪਿਆਓ ਔਰ ਕੋਸ਼ਿਸ਼ ਕਰੋ ਕਿ ਆਪ ਬੌਲੀ ਨਾ ਪੀਓ ਜਿੰਨੀ ਉਹ ਪੀਂਦਾ ਹੈ ਪਹਿਲਾਂ ਉਹਨੂੰ ਪਿਆਓ ਔਰ ਫਿਰ ਉਹਦੇ ਵਜ਼ਨ ਦੇ ਸਾਬ ਨਾਲ ਉਹਦੇ 10% ਬਾਡੀ ਦੇ ਸਾਬ ਨਾਲ ਉਹਨੂੰ ਦੁੱਧ ਪਿਲਾਓ ਔਰ ਇਸੇ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਤਾ ਹੈ ਸੇਵ ਦੀ ਕਾਫ ਵੀ ਫੈਡਰਲ ਲੈਵਲ ਤੇ ਵੀ ਪੂਰੇ ਪੰਜਾਬ ਲੈਵਲ ਤੇ ਔਰ ਇਸ ਤਰ੍ਹਾਂ ਕਾਫ ਫੈਟਨਿੰਗ ਦੇ ਹਵਾਲੇ ਨਾਲ ਇਹ ਦੋ ਪ੍ਰੋਗਰਾਮ ਚੱਲ ਰਹੇ ਨੇ ਔਰ ਉਹਦੇ ਨਾਲ ਵੀ ਫਾਰਮਰ ਦੇ ਵਿੱਚ ਇਹ ਬੜੀ ਅਵੇਅਰਨੈਸ ਆਈ ਹੈ ਔਰ ਅਲਹਮਦੁਲਿਲਾ ਨਾ ਸਿਰਫ ਕਿ ਸਾਡੀ ਕਾਫ ਮੈਟੇਰਿਟੀ ਕਮ ਹੋ ਰਹੀ ਹੈ ਬਲਕਿ ਕਾਫ ਜਿਹੜੇ ਅੱਗੇ ਕਮਜ਼ੋਰ ਹਿੰਦੇ ਸਨ ਉਹ ਵੀ ਮੋਟੇ ਹੋ ਰਹੇ ਨੇ ਉਹ ਦੁੱਧ ਦੇ ਨਾਲ-ਨਾਲ ਅਸੀਂ ਗੋਸ਼ਟੀ ਵੀ ਜਿਹੜੀ ਕਮੀ ਹੈ ਮੁਲਕ ਦੇ ਵਿੱਚ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਡਾਕਟਰ ਸਾਹਿਬ ਕੁਝ ਲੋਕਾਂ ਦੇ ਆਮ ਜ਼ਿੰਨਾਂ ਦੇ ਵਿੱਚ ਇਹ ਗੱਲ ਬੈਠੀ ਹੈ ਕਿ ਸਾਡੇ ਜਿਹੜੇ ਗਵਾਲਾ ਭਾਈ ਨੇ ਉਹ ਟੀਕਾ ਲਾ ਕੇ ਦੁੱਧ ਲੈਂਦੇ ਨੇ ਇਹਦੇ ਕੀ ਨੁਕਸਾਨات ਨੇ ਤੇ ਇਹ ਕਿਹ ਅਮਲ درست ਹੈ ਬੇਸ਼ੱਕ ਇਹਦਾ ਬਹੁਤ ਨੁਕਸਾਨات ਨੇ ਕਿਉਂਕਿ ਜਦੋਂ ਤੁਸੀਂ ਇੱਕ ਸੇਟੋਸਿਨ ਲਾਉਂਦੇ ਹੋ ਤੇ ਫਿਰ ਜ਼ਾਹਰ ਇਹ ਉਹ ਬਿਲਕੁਲ ਜਾਨਵਰ ਨੂੰ ਸਾਰਾ ਲੈਟ ਡਾਊਨ ਕਰਨਾ ਪੈਂਦਾ ਔਰ ਸਾਰੇ ਮਸਲ ਕੰਟ੍ਰੈਕਸ਼ਨ ਜਿਹੜੀ ਹਾਰਮੋਨਲ ਨੈਚੁਰਲ ਦੀ ਵਜ੍ਹਾ ਤੋਂ ਹੁੰਦੀ ਹੈ ਉਹ ਉਸ ਤੋਂ ਜ਼ਿਆਦਾ ਹੋ ਜਾਂਦੀ ਜਦੋਂ ਤੁਸੀਂ ਉਹਨੂੰ ਇੰਡਿਊਸ ਕਰਦੇ ਹੋ ਐਕਸਟਰਾ ਤਾਂ ਉਹਦਾ ਸਾਰੇ ਦਾ ਸਾਰਾ ਰੀਪਰੋਡਕਟਿਵ ਸਿਸਟਮ ਜਿਹੜਾ ਹੈ ਉਹ ਖਤਮ ਹੋ ਜਾਂਦਾ ਜਿੱਦੀ ਵਜ੍ਹਾ ਤੋਂ ਸਾਡੀ ਨਜ਼ਰ ਸਾਡੇ ਨੋਟਿਸ 'ਚ ਆਇਆ ਹੈ ਕਿ ਉਹਦੀ ਕਾਵਿੰਗਟਰ ਬੱਚਾ ਦੇਣ ਦਾ ਵਕਫਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਔਰ ਬਹੁਤ ਸਾਰੀ ਰੀਪਰੋਡਕਟਿਵ ਇਸ਼ੂਜ਼ ਜਿਹੜੇ ਨੇ ਜਾਨਵਰ ਦੇ ਅਗਰ ਜਾਨਵਰ ਨੇ 10 ਬੱਚੇ ਦੇਣੇ ਨੇ ਔਰ 10 ਸੂਵੇ ਦੁੱਧ ਦੇਣਾ ਹੈ ਤੇ ਉਹ ਅਸੀਂ ਵੇਖਿਆ ਕਿ ਉਹ 10ਾਂ ਦੀ ਬਜਾਏ 4-5 ਹੋ ਹੀ ਆ ਰਿਹਾ ਤਾਂ ਇਹਨੂੰ ਮਹਿਕਮੇ ਨੇ ਬੜੀ ਸਖਤੀ ਨਾਲ ਕੰਡੈਮਨ ਕਰਨੇ ਆ ਔਰ ਇਹ ਬਹੁਤ ਬੁਰੀ ਪ੍ਰੈਕਟਿਸ ਹੈ ਔਰ ਇਹ ਨਹੀਂ ਕਰਨ अच्छा डॉक्टर साहब एक बड़ा अहम सवाल पूछना चाहवांगा कुछ लोगों ਦਾ خیال ਹੈ ਕਿ ਮਜਦਦ ਦੁੱਧ ਵਧੀਆ ਹੁੰਦਾ ਕੁਝ ਜਿਹੜੇ ਨੇ ਉਹ ਗਾਏ ਦਾ ਦੁੱਧ ਪਸੰਦ ਕਰਦੇ ਨੇ ਫੈਟ ਦੇ لحاظ ਨਾਲ ਤੁਸੀਂ ਕੀ ਤਜਵੀਜ਼ ਕਰੋਗੇ ਇਹ ਆਪਣੇ ਡਿਪੈਂਡ ਕਰਦਾ ਹੈ ਆਪਣੇ ਟੇਸਟ ਦੇ ਉੱਤੇ ਜ਼ਿਆਦਾਤਰ ਬਿਹਤਰੀਨ ਤੇ ਇਹ ਹੈ ਕਿ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਹੈ ਜਿਹਦੇ ਚ 3.5% ਫੈਟ ਵਾਲਾ ਦੁੱਧ ਦੇ ਬੱਚੇ ਨੂੰ ਉਹ ਹੀ ਦੇਣਾ ਚਾਹੀਦਾ ਹੈ ਤਾਂ ਕਿ ਉਹ ਡਾਈਜੈਸਟ ਪ੍ਰੋਪਰਲੀ ਕਰ ਸਕੇ ਬਫਲੋ ਦੇ ਦੁੱਧ ਚ ਚੌਂਕੇ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਔਰ ਪ੍ਰੋਟੀਨ ਵੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹ ਉਸ ਵਕਤ ਬਹੁਤ ਕਾਰ ਆਮ ਜਾਂ ਡੈਸ਼ਟੇਜੇਬਲ ਹੁੰਦਾ ਹੈ ਕਿ ਜਦੋਂ ਤੁਸੀਂ ਫੀਲਡ ਦੇ ਵਿੱਚ ਜਾ ਕੇ ਕੋ ਹਲਵਾਂ ਦੇ ਸਨ ਲੋਕੇ ਜਾਂ ਸਾਰਾ ਸਾਰਾ ਦਿਨ ਕੰਮ ਕਰਦੇ ਸਨ ਉਹ ਦੁੱਧ ਵੀ ਪੀ ਲੈਂਦੇ ਸਨ ਉਹ ਡਾਈਜੈਸਟ ਵੀ ਕਰ ਲੈਂਦੇ ਸਨ ਤੇ ਅਗਰ ਮੱਝਾਂ ਦਾ ਪਾਲਣਾ ਹੈ ਤਾਂ ਉਹਦੇ ਉੱਤੇ ਮਲਾਈ ਜਿਹੜੀ ਉਹ ਲਾ ਲਈ ਜਾਏ ਤੇ ਉਹਦੇ ਉਹ ਉਹਨੂੰ ਫੈਟ ਨੂੰ ਲੈਵਲ ਤੇ ਲੈ ਆਂਦਾ ਜਾਏ ਬਹਰਾਲ ਜਿਹੜਾ ਜਿਹੜਾ ਵੀ ਦੁੱਧ ਪਿਲਾਓ ਉਹਦੀ ਜਿਹੜੀ ਕੰਪੋਜੀਸ਼ਨ ਹੈ ਉਹਦੇ ਚ ਫੈਟ ਲੈਵਲ ਔਰ ਪ੍ਰੋਟੀਨ ਲੈਵਲ ਜਿਹੜਾ ਉਹਦਾ ਜ਼ਰੂਰ ਖਿਆਲ ਕਰਨਾ ਚਾਹੀਦਾ ਡਾਕਟਰ ਸਾਹਿਬ ਬਹੁਤ ਕਾਰਾਮਤ ਤੁਸੀਂ ਅੱਜ ਗੱਲਾਂ ਦਸੀਆਂ ਲੇਕਿਨ ਮੇਰੀ ਇੱਕ ਖਾਹਿਸ਼ ਹੈ ਕਿ ਜਿਹੜੇ ਅਸਲੇ ਨਾਜ਼ਰੀ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਚ ਕਾਸ਼ਕਰ ਨੇ ਜ਼ਿੰਮੇਦਾਰ ਨੇ ਜਾਨਵਰ ਪਾਲਣ ਵਾਲੇ ਨੇ ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋ ਕਿ ਤਾਕੀ ਉਹ ਨਦੀ ਦੁੱਧ ਦੀ ਜਾਂ ਗੋਸ਼ ਦੀ ਪੈਦਾਵਾਰ ਜਿਹੜੀ ਜਾਨਵਰਾਂ ਦੀ ਹੈ ਉਹ ਵੱਧ ਸਕੇ ਮੈਂ ਆਪਣੇ ਸਾਰੇ ਜਿੰਨੇ ਵੀ ਮੂਹਿਸ਼ੀ ਪਾਲ ਹਜ਼ਰਤ ਨੇ ਉਹਨਾਂ ਨੂੰ ਇਹ ਦਰਖਾਸਤ ਕਰਾਂਗਾ ਕਿ ਉਹਨਾਂ ਕੋਲ ਜਿਸ ਤਰ੍ਹਾਂ ਦਾ ਵੀ ਕੋਈ ਜਾਨਵਰ ਖੜਾ ਹੈ ਇੱਕ ਤੇ ਉਹਦੀ نسل ਬਿਹਤਰ ਬਣਾ ਲੈਣ ਉਹਦੀ ਖੁਰਾਕ ਦਾ ਖਿਆਲ ਕਰਨ ਉਹਨੂੰ ਧੁੱਪ ਛਾਂ ਦਾ ਉਹਦੀ ਪਾਣੀ ਦਾ ਖਿਆਲ ਕਰਨ ਖਸੂਸੀ ਤੌਰ ਦੇ ਉੱਤੇ ਜਿਹੜਾ ਵੀ ਉਹ ਦੁੱਧ ਪ੍ਰੋਡਿਊਸ ਕਰਦੇ ਨੇ ਉਹਨੂੰ ਸਪਲਾਈ ਚੇਨ ਜਿਹੜੀ ਮਾਰਕੀਟ ਚੇਨ ਹੈ ਉਹਨੂੰ ਖਤਮ ਕਰਕੇ ਜ਼ਿਆਦਾ ਤੋਂ ਜ਼ਿਆਦਾ ਉਹਦੇ ਤੋਂ ਪ੍ਰਾਫਿਟ ਲੈਣ ਔਰ ਇਹ ਸਾਰੀਆਂ ਜਿੰਨੀਆਂ ਵੀ ਕੋਈ ਹਦਾਇਤ ਨਾ ਜਾਂ ਜਿਹੜੀ ਕੋਈ ਇਹਦੇ ਵਾਸਤੇ ਜ਼ਰੂਰਤ ਤੇ ਟ੍ਰੇਨਿੰਗ ਦੀ ਉਹਦੇ ਵਾਸਤੇ ਮਹਿਕਮਾ ਲਾਈਫਸਟਾਕ ਦੇ ਅਦਾਰਿਆਂ ਨਾਲ ਜਿਹੜੇ ਟ੍ਰੇਨਿੰਗ ਇੰਸਟੀਚੂਟ ਨੇ ਜਾਂ ਉਹਨਾਂ ਦੇ ਡਾਕਟਰ ਐਕਸਪਰਟ ਬੈਠੇ ਨੇ ਉਹਨਾਂ ਕੋਲ ਰਾਬਤਾ ਕਰਨ ਔਰ ਖਸੂਸੀ ਤੌਰ ਤੇ ਉਹਨਾਂ ਕੋਲ ਹਦਾਇਤ ਲੈਣ ਸਾਡੀ ਸਭ ਤੋਂ ਵੱਡੀ ਫਾਰਮਰ ਦੀ ਜਿਹੜੀ ਕਮਜ਼ੋਰੀ ਹੋਏ ਹੋਏ ਕਿ ਉਹ ਆਪਣੇ ਰਵਾਇਤੀ ਤਰੀਕੇ ਨਾਲ ਹੀ ਹਾਲੀ ਜਾਨਵਰਾਂ ਦੀ ਦੇਖਭਾਲ ਕਰ ਰਹੇ ਨੇ ਉਸ ਰਾਈ ਉਹਨਾਂ ਦੀ ਖੁਰਾਕ ਮੈਨੇਜ ਕਰਦੇ ਨੇ ਉਸ ਰਾਈ ਉਹਨਾਂ ਦੀ نسل ਮੈਨੇਜ ਕਰਦੇ ਨੇ ਜਿਨ੍ਹਾਂ ਦੀ وجہ ਤੋਂ ਉਹ ਉਹ ਉਹਨਾਂ ਦੀ ਜਾਨਵਰ ਦੀ ਪੈਦਾਵਾਰ ਨਹੀਂ ਵਧ ਜਾ ਸਕੀ ਔਰ ਮਹਿਕਮੇ ਕੋਲ ਇਤਨਾ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਜਾਂ ਇਹ ਰਿਸੋਰਸਸ ਨਹੀਂ ਹੈ ਤੇ ਜਿੰਨੇ ਵੀ ਕੋਈ ਜਾਨਵਰ ਨੇ ਜਿਹੜੇ ਇਸ ਵਕਤ ਵੱਡੇ ਜਾਨਵਰ ਕੋ 80 ਮਿਲੀਅਨ ਤੋਂ ਜ਼ਿਆਦਾ ਨੇ ਛੋਟੇ ਪਾਲੀਏ 200 ਮਿਲੀਅਨ ਪਾਂਦੇ ਨੇ ਬੱਕਰੀਆਂ ਕਿ ਹਰ ਜਾਨਵਰ ਨੂੰ ਮਹਿਕਮਾ ਜਾ ਕੇ ਖੁਦ ਨਹੀਂ ਲੁੱਕ ਆਫਟਰ ਕਰ ਸਕਦਾ ਜੇ ਜਿਸ ਫਾਰਮਰ ਨੇ ਰੱਖੇ ਨੇ ਉਹਨੂੰ ਕਿਸ ਵੀ ਹਾਲਤ ਦੇ ਵਿੱਚ ਕੋਸ਼ਿਸ਼ ਕਰੇ ਕਰੇ ਜਿਹੜੇ ਉਹਨਾਂ ਦੀ ਮੈਨੇਜਮੈਂਟ ਪ੍ਰੋਡਕਟਰੀ ਇਲਾਜ ਤੋਂ ਉਹਨਾਂ ਨੇ ਕਰਾਣਾ ਉਸ ਵਕਤ رابطہ ਕਰਦੇ ਨੇ ਜਦੋਂ ਜਾਨਵਰ ਬਿਮਾਰ ਹੋ ਜਾਂਦੇ ਸਿਰਫ ਇਲਾਜ ਵਾਸਤੇ ਮੈਂ ਉਹਨਾਂ ਨਾਲ ਦਰਖਾਸਤ ਕਰਾਂਗਾ ਕਿ ਉਹ ਇਹਨਾਂ ਦੀ ਬਰੀਡਿੰਗ ਵਾਸਤੇ ਮੈਂ ਨਸਲ ਕਸ਼ੀ ਵਾਸਤੇ ਨਾਲ ਉਹਨਾਂ ਦੀ ਖੁਰਾਕ ਬਿਹਤਰ ਕਰਨ ਵਾਸਤੇ ਉਹਨਾਂ ਦੀ ਮੈਨੇਜਮੈਂਟ ਔਰ ਫਾਰਮਰ ਦਾ ਖਸੂਸੀ ਤੌਰ ਤੇ ਕਿਹੜੇ ਅੱਛੇ ਨੇ ਕਿੰਨਾ ਤਾਕਤ ਅੱਛੇ ਨੇ ਉਹਨਾਂ ਦਾ ਮਾਲੂਮਾਤ ਹਾਸਲ ਕਰਨ ਵਾਸਤੇ ਮਾਰੇ ਜਿਹਾ ਸਿਹਦਰੇ ਜਾਂ ਜਿਹੜੇ ਕੋ ਉਥੇ ਲੋਕਲ ਡਾਕਟਰ ਬੈਠੇ ਨੇ ਉਹਨਾਂ ਨਾਲ ਰਾਬਤਾ ਕਰ ਔਰ ਉਹਨਾਂ ਕੋਲ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਕੰਮ ਕਰਾਂ। ਗੱਲ ਨੂੰ ਤੁਸੀਂ ਮਾਹਿਰਾਂ ਦੀ ਗੱਲਬਾਤ ਸੁਣੀਏ ਇਹਨਾਂ ਨੇ ਜਿੱਥੇ ਜਾਨਵਰਾਂ ਦੇ ਬਾਰੇ ਦੱਸਿਆ ਦੁੱਧ ਵਿਧਾਨ ਵਾਸਤੇ ਦੱਸਿਆ ਗੋਜ ਦੀ ਪੈਦਾਵਾਰ ਵਿਧਾਨ ਵਾਸਤੇ ਦੱਸਿਆ ਇਹਦੇ ਨਾਲ ਨਾਲ ਇਹਨਾਂ ਨੇ ਮੁxtਲਿਫ ਚਾਰਿਆਂ ਦੇ ਬਾਰੇ ਵੀ ਦੱਸਿਆ ਕਿ ਮੁxtਲਿਫ ਚਾਰੇ ਨੇ ਜਿਹੜੇ ਜਾਨਵਰ ਵੀ ਸ਼ੌਕ ਨਾ ਖਾਂਦੇ ਨੇ ਔਰ ਜਿਨ੍ਹਾਂ ਦੀ ਪੈਦਾਵਾਰ ਵੀ ਜ਼ਿਆਦਾ ਅਸੀਂ ਮਿਲ ਕੇ ਅੱਜ ਤਹਈਆ ਕਰਨਾ ਹੈ ਕਿ ਅਸੀਂ ਆਪਣੇ ਮੁਲਕ ਦੀ ਖੁਸ਼ਹਾਲੀ ਦੇ ਵਿੱਚ ਸਾਰਿਆਂ ਨੇ ਮਿਲ ਕੇ ਆਪਣਾ ਹਿੱਸਾ ਪਾਣਾ ਹੈ ਉਹ ਕੀ ਕਰਨਾ ਜਾਨਵਰ ਬੇਸ਼ੱਕ ਥੋੜੇ ਰੱਖੋ ਲੇਕਿਨ ਸੁਥਰੀ نسل ਦੇ ਅੱਛੀ نسل ਦੇ ਤੇ ਜਾਨਵਰ ਦੀ ਜਿਹੜੀ ਨਿਗਹਦਾਸ਼ ਤੇ ਇਹਨਾਂ ਦੀ ਦੇਖਭਾਲ ਹੈ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਹਿਰਾਂ ਦੱਸ ਰਹੇ ਨੇ ਉਹਦੇ ਮੁਤਾਬਕ ਕਰ ਰਹੀ ਹੈ ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁਕਦਾ ਹੈ ਇਜਾਜ਼ਤ ਦਿਓ ਅੱਲਾ ਬੇਲੀ